हेलो फ्रेंड्स, दिस इज गुरप्रीत सिंह फ्रॉम वीजा गुरु स्टडी अब्रॉड सेक्टर 17 चंडीगढ़। स्टूडेंट्स, पीपीआर की एक अलग रिक्वायरमेंट आ रही है। जो पीपीआर हुण तक आईया जा आ रही उन्हां दे विच जो असी कंक्लूजन कढ़िया वो पीपीआर क्यों दिती, वो फाइल्स दे विच की इदां दा अटैच सी जिस नाल पीपीआर आई आ। स्टूडेंट्स, नवा एक पीपीआर का ट्रेंड सैट हो रहा, एक नवे तरह का ट्रेंड सैट हो रहा। स्टूडेंट्स, ये वीडियो बहुत ही अमेजिंग होने वाली आ। और आपां 10 लाख तो उपर फाइल जो बैकलॉग IRCC का क्लीयर करने वाला पिया उस पर गल करांगे कि 1.25 लाख कोटा 10 लाख पीपीआर किवें देंगे। इस पर स्टूडेंट्स आप इस पर गल, और जो सैन फ्रेजर जो इमीग्रेशन मिनिस्टर अपॉइंट हुए आ उन्हां दी गल करांगे कि हुण इमीग्रेशन नूं पॉलिसी किवें दी आने वाले टाइम दे विच होएगी, की आने वाले टाइम दे विच चेंजेस होणगे, जां जिहड़े सैन फ्रेजर मिनिस्टर आ इमीग्रेशन नवें, इह किन्ना कि इंट्रस्टड आ इमीग्रेशन पॉलिसी नूं लै के। ਤਾਂ ਸਟੂਡੈਂਟਸ, ਇਹ ਵੀਡੀਓ ਬਹੁਤ ਹੀ ਅਮੇਜ਼ਿੰਗ ਰਹਿਣ ਵਾਲੀ ਆ। ਮੇਰੀ ਰਿਕੁਐਸਟ ਹੈ ਜਿੰਨੇ ਵੀ ਨਿਊ ਵਿਊਵਰਸ ਅਟੈਚ ਹੁੰਦੇ ਉਸ ਵੀਡੀਓ ਨੂੰ ਸਬਸਕ੍ਰਾਈਬ, ਸ਼ੇਅਰ ਔਰ ਲਾਈਕ ਜ਼ਰੂਰ ਕਰਿਆ ਕਰਨ, ਤਾਂ ਕਿ ਇੱਕ ਇੱਦਾਂ ਹੀ ਵੀਡੀਓਸ ਲੈ ਕੇ ਆ ਸਕੀਏ ਔਰ ਅੱਛੀ ਰਿਸਰਚ ਕਰਕੇ ਤੁਹਾਡੇ ਲਈ ਇੱਕ ਅਥੈਂਟਿਕ ਇਨਫੋਰਮੇਸ਼ਨ ਦੇ ਸਕੀਏ ਤੁਹਾਨੂੰ। ਸਟੂਡੈਂਟਸ, ਇਹ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕੀ ਇਮੀਗ੍ਰੇਸ਼ਨ ਦਾ ਇੱਕ ਟ੍ਰੈਂਡ ਸੈੱਟ ਕਿਵੇਂ ਦਾ ਹੋ ਰਿਹਾ। ਤਾਂ ਸਭ ਤੋਂ ਪਹਿਲਾਂ ਆਪਾਂ PPR 'ਤੇ ਹੀ ਗੱਲ ਕਰਾਂਗੇ ਕਿ PPR ਜਿੰਨਾ ਸਟੂਡੈਂਟਸ ਦੀ ਆਈਆਂ ਉਹਨਾਂ ਦੇ ਵਿੱਚ IRCC ਅੰਬੈਸੀ ਕੀ ਦੇਖ ਰਹੀ ਆ, ਤੁਹਾਡਾ ਫਾਈਨੈਂਸ਼ਲੀ ਸਟੇਟਸ, ਸੋਰਸ ਆਫ ਇਨਕਮ ਦੇਖ ਰਹੀ ਆ। ਫੰਡਸ ਲੱਗੇ ਨਹੀਂ ਲੱਗੇ ਕੋਈ ਮੈਟਰ ਨਹੀਂ, ਬਟ ITR ਤੁਹਾਡੀਆਂ 2 ਸਾਲ ਦੀਆਂ ਅਗਰ ਨਹੀਂ ਹੈਗੀਆਂ ਐਗਰੀਕਲਚਰਿਸਟੋਂ, ਤਾਂ ਜੇ ਫਾਰਮਸ ਲੱਗੇ ਹੋਣੇ ਚਾਹੀਦੇ ਆ। ਇਸ ਤੋਂ ਇਲਾਵਾ SOP ਔਰ ਰੈਲੀਵੈਂਸੀ, ਸਭ ਤੋਂ ਫਸਟ ਆਫ ਆਲ ਸਭ ਤੋਂ ਜਿਹੜੀ ਮੇਨ ਗੱਲ ਕਾਲਜ ਦੇਖ ਰਹੇ ਆ, ਕਿਉਂਕਿ ਆਪਾਂ ਨੂੰ ਸਟੂਡੈਂਟਸ ਪਤਾ ਕਿ ਹੁਣ ਜਿਵੇਂ ਕਿਊਬੈਕ ਦੇ ਕਾਲਜ ਡਿਫਾਲਟਰ ਹੋਏ ਆ, ਤਾਂ ਉਸ ਤੋਂ ਬਾਅਦ IRCC ਬਹੁਤ ਅਵੇਅਰ ਹੋਈ ਕਾਲਜਸ ਦੀ ਰੈਪੂਟੇਸ਼ਨ ਨੂੰ ਲੈ ਕੇ। ਤਾਂ ਤੁਹਾਡਾ ਕਾਲਜ ਸਟੂਡੈਂਟਸ ਗੌਰਮੈਂਟ ਹੋਣਾ ਚਾਹੀਦਾ, ਰਿਪਿਊਟਡ ਹੋਣਾ ਚਾਹੀਦਾ, ਵਰਕ ਪਰਮਿਟ ਹੋਣਾ ਚਾਹੀਦਾ ਉਸ ਦੇ ਵਿੱਚ। ਤਾਂ ਉਸ ਤੋਂ ਬਾਅਦ ਰੈਲੀਵੈਂਸੀ, ਫਾਈਨੈਂਸ਼ਲੀ, ਬਾਕੀ ਚੀਜ਼ਾਂ ਸਭ ਬਾਅਦ ਵਿੱਚ ਆਉਂਦੀਆਂ। ਸਭ ਤੋਂ ਪਹਿਲਾਂ ਤੁਹਾਡਾ ਕਾਲਜ ਵਧੀਆ ਚਾਹੀਦਾ। ਤਾਂ ਜਿਹੜਾ ਤੁਸੀਂ ਕਾਲਜ ਚੂਜ਼ ਕਰਨਾ ਗੌਰਮੈਂਟ ਹੀ ਕਰਨਾ, ਪ੍ਰਾਈਵੇਟ ਕਾਲਜ ਨਹੀਂ ਕਰਨਾ। ਅਗਰ ਸਟੂਡੈਂਟਸ ਪ੍ਰਾਈਵੇਟ ਕਾਲਜ ਲੈਣਾ ਤਾਂ ਉਸ ਦੇ ਵਿੱਚ ਵਰਕ ਪਰਮਿਟ ਹੋਵੇ ਔਰ ਉਹਦੇ ਰਿਪਿਊਟਡ ਕਾਲਜ ਹੋਵੇ, ਵਧੀਆ ਕਾਲਜ ਹੋਵੇ। ਤਾਂ ਅਗਰ ਇਹ ਚੀਜ਼ਾਂ ਹੈਗੀਆਂ ਤਾਂ ਤੁਹਾਡਾ ਵੀਜ਼ਾ ਜ਼ਰੂਰ ਆਊਗਾ। ਅਗਰ ਇਹਨਾਂ ਵਿੱਚੋਂ ਕੋਈ ਚੀਜ਼ ਵੀ ਮਿਸਿੰਗ ਆ, ਮੰਨ ਲਓ ਤੁਹਾਡੀ ITR ਹੈ ਨਹੀਂ, ਤਾਂ ਤੁਸੀਂ ਵੈਬ ਫਾਰਮ ਰਾਹੀਂ ਅਪਡੇਟ ਹੁਣ ਵੀ ਕਰ ਸਕਦੇ ਹੋ, ਬਟ ਆਪਣੀ ਫਾਈਲ ਨੂੰ ਸਟਰੋਂਗ ਕਰਕੇ ਲਗਾਓ, ਕਿਉਂਕਿ ਰਿਫਿਊਜ਼ਲ ਦਾ ਟ੍ਰੈਂਡ ਸਭ ਨੂੰ ਪਤਾ ਕਿ ਕਿੰਨੀ ਰਿਫਿਊਜ਼ਲ ਹੁਣ ਤੱਕ ਆਈ ਆ। ਬਾਕੀ ਸਟੂਡੈਂਟਸ, ਹੁਣ ਜਿਹੜੇ ਸੈਨ ਫਰੈਜ਼ਰ ਆਏ ਆ, ਜਿਹੜੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਆ, ਇਹ ਇੱਕ ਪਲੱਸ ਪੁਆਇੰਟ ਕਹਿ ਲਓ, ਇੱਕ ਪੋਜ਼ਿਟਿਵ ਆਪਣੀ ਇਮੀਗ੍ਰੇਸ਼ਨ ਇੰਡਸਟਰੀ ਲਈ ਹੋਣ ਵਾਲੇ ਆ, ਕਿਉਂਕਿ ਇਹ ਕਾਫੀ ਇੰਟਰਸਟਿਡ ਆ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ। 1.25 ਲੱਖ ਦਾ ਕੋਟਾ ਜਿਹੜਾ ਸਟੂਡੈਂਟ ਦਾ, ਹੋ ਸਕਦਾ ਇਹ ਡਬਲ ਕਰ ਦੇਣ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਕਾਫੀ ਇੰਟਰਸਟਿਡ ਆ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ। ਇਸ ਗੱਲ ਨੂੰ ਬੜੀ ਵਧੀਆ ਚੰਗੇ ਤਰੀਕੇ ਨਾਲ ਜਾਣਦੇ ਆ ਕਿ ਇਮੀਗ੍ਰੇਸ਼ਨ ਦੀ ਜਿਹੜੀ ਇੰਡਸਟਰੀ ਆ, ਉਹੀ ਸਾਡੇ ਕੈਨੇਡਾ ਨੂੰ ਅੱਗੇ ਲੈ ਕੇ ਜਾ ਰਹੀ ਆ ਔਰ ਸਾਡੀ ਜਿਹੜੀ ਇਕਨੋਮੀ ਆ ਉਹ ਅਪ ਹੋਈ ਆ। ਤਾਂ ਉਮੀਦ ਕੀਤੀ ਕਾਫੀ, ਮਤਲਬ ਪੋਜ਼ਿਟਿਵ ਵਾਈਬ੍ਰੇਸ਼ਨਸ ਆ ਰਹੀਆਂ ਇਹਨਾਂ ਦੀ ਮਿਨਿਸਟਰੀ ਵੱਲੋਂ। ਔਰ ਸਟੂਡੈਂਟਸ, ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ, ਜਿਵੇਂ ਹੁਣ ਟਰੂਡੋ ਦੀ ਜਿਹੜੀ ਗੌਰਮੈਂਟ ਆ ਮੈਜੋਰਟੀ ਦੇ ਵਿੱਚ ਆਈ ਆ, ਤਾਂ ਸਾਰੇ ਆਪਣੇ ਆਪਣੇ ਜਿੰਨੇ ਵੀ ਮਿਨਿਸਟਰ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਜਿੰਨੇ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਰੈਲੀਵੈਂਟ ਕੋਈ ਵੀ ਹੈਗਾ, ਤਾਂ ਉਹ ਆਪਣਾ ਆਪਣਾ ਸੈੱਟ ਹੋ ਰਹੇ ਆ ਆਪਣੇ ਅਹੁਦਿਆਂ ਦੇ ਉੱਪਰ। ਔਰ ਜਿਵੇਂ ਹੀ ਉਹ ਕਹਿ ਲਓ ਕਿ ਇੱਕ 10-15 ਦਿਨ ਬਾਅਦ ਸਮੂਥ ਹੋ ਜੂਗੀ ਗੌਰਮੈਂਟ, ਤਾਂ ਫਿਰ ਵੀ PPR ਦੀ ਸਪੀਡ ਹੋਰ ਵੀ ਇਨਕਰੀਜ਼ ਹੋ ਜੂਗੀ। ਬਾਕੀ 4-5 ਦਿਨ ਤੋਂ ਸਾਰੇ ਹੀ ਦੇਖ ਰਹੇ ਆ ਕਿ PPR ਦਾ ਟ੍ਰੈਂਡ ਅੱਗੇ ਨਾਲੋਂ ਵਧੀਆ ਹੋਇਆ, PPR ਸਪੀਡ 'ਤੇ ਹੋਈ ਆ। ਬਟ ਕਿੰਨਾ ਦੇ ਵੀਜ਼ੇ ਆ ਰਹੇ ਆ, ਜਿਨ੍ਹਾਂ ਦੀ ਫਾਈਲ ਵਿੱਚ ਕੋਈ ਕਮੀ ਨਹੀਂ ਗੀ ਉਹਨਾਂ ਦੇ ਵੀਜ਼ਾ ਹੀ ਆ ਰਹੇ ਆ। ਦੈਨ ਸਟੂਡੈਂਟਸ, ਆਪਾਂ ਗੱਲ ਕਰਾਂਗੇ ਸਪਾਊਸ ਵੀਜ਼ਾ ਵਾਲਿਆਂ ਦੀ। ਸਪਾਊਸ ਵੀਜ਼ਾ ਕਿੰਨਾ ਕੇਸਾਂ ਦੇ ਵਿੱਚ ਸਪਾਊਸ ਵੀਜ਼ਾ ਦੇ ਰਹੀ IRCC, ਜਾਂ ਜੋ ਸਾਡੇ ਵੀਜ਼ਾ ਆ ਜਾਂ ਅਸੀਂ ਮਾਰਕੀਟ ਦੇ ਵਿੱਚ ਦੇਖ ਚੁੱਕੇ, ਤੁਹਾਡੀ ਮੈਰਿਜ ਬੋਨਾਫਾਈਡ ਬਿਲਕੁਲ ਹੋਣੀ ਚਾਹੀਦੀ ਆ, ਜੈਨੂਇਨ ਮੈਰਿਜ ਹੋਣੀ ਚਾਹੀਦੀ ਆ, ਬੋਨਾਫਾਈਡ ਤੁਸੀਂ ਹੋਣੇ ਚਾਹੀਦੇ ਹੋ। ਮੈਰਿਜ ਆਫਟਰ, ਜਿਹੜੇ ਆਫਟਰ ਮੈਰਿਜ ਜਿਨ੍ਹਾਂ ਨੇ ਕੇਸ ਅਪਲਾਈ ਕੀਤੇ ਆ, ਉਹਨਾਂ ਦੀ ਰਿਫਿਊਜ਼ਲ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਮਿਲੀ, ਕਿਉਂਕਿ ਕੰਟਰੈਕਟ ਮੈਰਿਜਸ ਵਾਲੇ ਬਹੁਤ ਆ। ਅਗਰ ਤੁਸੀਂ ਆਫਟਰ ਮੈਰਿਜ ਆਪਣੀ ਫਾਈਲ ਲਗਾਈ ਆ, ਤੁਹਾਡੀਆਂ ਫੋਟੋਸ ਜੋ ਵੀ ਰੀਤੀ ਰਿਵਾਜ਼ ਆ ਉਹ ਕੰਪਲੀਟ ਪ੍ਰੋਪਰ ਹੋਣੇ ਚਾਹੀਦੇ ਆ। ਜਿਹੜਾ ਬਾਹਰ ਸਪਾਊਸ ਗਿਆ ਹੋਇਆ ਉਸ ਦੇ ਨਾਲ ਜੋ ਵੀ ਚੈਟ ਕੀਤੀ ਆ ਤੁਸੀਂ, ਜਾਂ ਕਾਲਿੰਗ ਤੁਹਾਡੀ ਕਾਲਿੰਗ ਸਮਰੀ ਆ, ਉਹ ਤੁਹਾਡੀ ਫਾਈਲ ਨਾਲ ਅਟੈਚ ਕਰਨੀ ਬਹੁਤ ਜ਼ਰੂਰੀ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਸਪਾਊਸ ਕੈਨੇਡਾ ਦੇ ਵਿੱਚ ਗਿਆ ਉਹ ਹਜੇ ਵੀ ਤੁਹਾਡੇ ਨਾਲ ਬਹੁਤ ਅੱਛੇ ਇਮੋਸ਼ਨਲ ਬਾਉਂਡ ਆ ਤੁਹਾਡਾ, ਔਰ ਹਸਬੈਂਡ ਵਾਈਫ ਵਾਂਗੂ ਹੀ ਤੁਹਾਡਾ ਬਿਲਕੁਲ ਰਿਸ਼ਤਾ, ਮਤਲਬ ਕੰਟਰੈਕਟ ਵਾਲਾ ਕੋਈ ਵੀ ਪੁਆਇੰਟ ਉਹਨਾਂ ਨੂੰ ਨਜ਼ਰ ਤੁਹਾਡੀ ਫਾਈਲ ਦੇ ਵਿੱਚ ਨਹੀਂ ਆਉਣਾ ਚਾਹੀਦਾ।
दैन स्टूडेंट्स आप गल करिए एक्सप्रैस एंट्री और पी एन पी की। पिछले चार पाँच दिन तो असी पी पी आर देखियां जिहड़े लास्ट ईयर दी मतलब 2020 दी पी पी आर असीं देख चुके एक्सप्रैस एंट्री और पी एन पी दे विच। जिवें हुण इह नवें मिनिस्टर आए आ इमीग्रेशन, क्योंकि इह पी आर नूं प्रायोरिटी दिंदे सब नालों ज़्यादा ही, तां पी आर दा काफ़ी अच्छा ट्रेंड आउण वाले टाइम दे विच स्टूडेंट्स हो सकदा। अदरवाइज स्टूडेंट्स अगर तुसीं रिफ्यूज़ हो चुके हो तो मई जां सितंबर इनटेक ही अपलाई करो, मेरी यही रिक्वेस्ट आ, क्योंकि जनवरी दी रिफ्यूज़ल बहुत आई आ और मई सितंबर का अपलाई करोगे तो वह अगले साल के कोटे के फाइलों जाएगियाँ, जिहड़ा कि हजे कोटा स्टार्ट नहीं होया तो मई सितंबर 2022 दे विच अपलाई करो, बट यही रिक्वायरमेंट्स के नाल करो जो मैं तुहानूं ऑलरेडी पहला दस चुके हाँ। स्टूडेंट्स होर किसी भी ज़्यादा जानकारी लिए एनी टाइम कॉन्टैक्ट कर सकते हो, इस वीडियो वध तो वध शेयर करो ताकि जिन्हें भी तुहाडे सर्कल दे विच आ वट्सएप ग्रुप्स आ उन्हां स्टूडेंट्स नूं पता लग सके कि हुण किन्ना कि ज़्यादा स्ट्रिक्ट हो चुकी है वैसी और किन्नी क फाइलिंग तुहाडी जिहड़ी आ पूरी वधिया स्ट्रोंग होनी चाहीदी आ। इह चीज़ अवेयरनैस होनी बहुत जरूरी है स्टूडेंट्स नूं, चाहे उह स्पाउस एक्सप्रैस एंट्री कोई भी कैटागरी आ। अगर स्टूडेंट्स किसी तरह की भी हैल्प चाहिए आ इमीग्रेशन फील्ड के कोई स्पाउस दे विच जां स्टूडेंट वीज़ा अप्लाई करना हो, रिफ्यूज़ हो गया दोबारा रिप्लाई करना, तो एनी टाइम कॉन्टैक्ट कर सकते हो, सैक्टर 17 चंडीगढ़ ऑफिस है साडा। अदर स्टूडेंट्स इन अ टाइम देने दे लई फॉर योर लव एंड रिस्पैक्ट थैंक यू, धन्यवाद।